ਦਾਦ ਕੇ ਆਏ ਨੇ ਬਈ ਕੀ ਕੁਛ ਲਿਆਏ ਨੇ, ਦਾਦ ਕੇ ਆਏ ਨੇ ਬਈ ਕੀ ਕੁਛ ਲਿਆਏ ਨੇ, ਮੈਂ ਦੱਸ ਦਿਨ ਆਉਂਦੀਆਂ ਸੰਗਾ ਜੇ ਲਿਆਏ ਗੋਕ ਦੀਆਂ ਟੰਗਾਂ ਵਿੱਚ ਸਰੀਕੇ ਦੇ ਕੋਰਾ ਕੋਰਾ ਬੰਡਾ ਦੇ ਵਿੱਚ ਸਰੀਕੇ ਦੇ ਕੋਰਾ ਕੋਰਾ ਬੰਡਾ ਦੇ ਵਿੱਚ ਸਰੀਕੇ ਦੇ ਉੱਚੀਆਂ ਤੇ ਲੰਬੀਆਂ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ, ਅਸੀਂ ਵੀ ਠੀਕ ਠਾਕ ਹਾਂ ਜੀ। ਲਓ ਜੀ, ਅੱਜ ਆਪਾਂ ਜਾਣਾ ਹੈਗਾ ਵਿਆਹ ਜਾਗੋ 'ਤੇ, ਸਾਡੇ ਮਾਮਾ ਜੀ ਦੇ ਦੋਹਤੇ ਦਾ ਵਿਆਹ ਹੈ, ਉੱਥੇ ਆਪਾਂ ਜਾਗੋ 'ਤੇ ਜਾਣਾ। ਇਹ ਜਾਗੋ ਨਾਲ ਹੀ ਲੈ ਕੇ ਜਾਣੀ ਹੈ, ਇਹ ਜਿਹੜੇ ਸਾਡੇ ਨਾਨਕਿਆਂ ਨੇ ਮੰਗਵਾਈ ਹੈ ਜਾਗੋ, ਆਪਣੇ ਕੋਲ ਦੁਕਾਨ 'ਤੇ ਹੁੰਦੀ ਆ। ਦੇਖੋ ਇਸ ਤਰ੍ਹਾਂ ਚੱਲਦੀ, ਇੱਥੇ ਹਨੇਰੇ 'ਚ ਥੋੜ੍ਹੀ ਜ਼ਿਆਦਾ ਵਧੀਆ ਦਿਖੂਗੀ। ਵਿੱਚੀ ਬਟਣੇ ਵਾਲਾ ਫੱਟਾ ਵਗੈਰਾ ਆਪਾਂ ਨੇ ਵਿੱਚੀ ਰੱਖ ਲਿਆ, ਅਤੇ ਇਹ ਹੈਗਾ ਸੋਟਾ, ਇਹਨੂੰ ਉਹਨੂੰ ਸਾਰਾ ਕੁਛ ਵਿੱਚੀ ਹੈਗਾ। ਅਤੇ ਉਹਨਾਂ ਨੇ ਫੋਨ ਕਰਿਆ ਸੀਗਾ, ਇਹ ਆਪਾਂ ਨੇ ਨਾਲ ਹੀ ਲੈ ਕੇ ਜਾਣਾ। ਅਤੇ ਹੁਣ ਮੈਂ ਗੱਡੀ 'ਚ ਹੀ ਰੱਖ ਦਿੰਦੀ ਹਾਂ ਸਮਾਨ। ਇਹ ਵਾਲਾ ਘੱਗਰਾ ਸਿਲਾਈ ਕੀਤਾ ਸੀ ਭੈਣ ਦੀ ਨੂੰਹ ਦਾ ਮੈਂ, ਅਤੇ ਇਹ ਵੀ ਨਾਲ ਹੀ ਲੈ ਕੇ ਜਾਣਾ। ਆਹ ਦੇਖੋ, ਕਿਉਂਕਿ ਇਹ ਪਾਉਣ ਵੇਲੇ ਫਿਰ ਪ੍ਰੈੱਸ ਹੋ ਜੂਗੀ। ਇਹ ਘੱਗਰੇ ਦੀ ਆਪਾਂ ਨੇ ਜਿਹੜੀ ਹੈਗੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਜ਼ਰੂਰ ਕੀਤੀ ਹੈ। ਇਹਨੂੰ ਵੀ ਆਪਾਂ ਵਿੱਚ ਹੀ ਰੱਖ ਲੈਣਾ, ਫਿਰ ਐਂ ਹੁੰਦਾ ਵੀ ਕੋਈ ਚੀਜ਼ ਭੁੱਲ ਨਾ ਜਾਈਏ, ਫਿਰ ਅਸੀਂ ਤਿਆਰ ਹੋਣਾ ਹੈਗਾ। ਅਤੇ ਹੁਣ ਮੈਂ ਪਹਿਲਾਂ ਉਹਨਾਂ ਦਾ ਸਮਾਨ ਰੱਖ ਦਿੰਦੀ ਹਾਂ ਗੱਡੀ ਦੇ ਵਿੱਚ। ਮੈਂ ਕਿਹਾ ਹਜੇ ਦੂਸਰੇ ਵਾਲੇ ਘੱਗਰੇ ਜਿਹੜੇ ਜਾਗੋ ਵਾਲੇ ਘੱਗਰੇ ਨੇ ਉਹ ਵੀ ਆਪਾਂ ਵਿੱਚ ਰੱਖਣੇ ਨੇ। ਠੀਕ ਕਰਦੇ ਕਰਦੇ ਲਓ ਜੀ, ਘੱਗਰੇ ਰੱਖਣੇ ਮੈਂ ਭੁੱਲ ਗਈ ਸੀਗੀ, ਹੁਣ ਆਪਾਂ ਸਾਰੇ ਘੱਗਰੇ ਵੀ ਰੱਖ ਦਾਂਗੇ ਗੱਡੀ ਦੇ ਵਿੱਚ। ਅਤੇ ਚਲੋ ਟਾਈਮ 'ਤੇ ਯਾਦ ਆ ਗਿਆ, ਮੰਮੀ ਨੂੰ ਬਿਠਾ ਦਾਂਗੇ ਵਿੱਚ। ਅਤੇ ਅਸੀਂ ਹੁਣ ਚੱਲੇ ਹਾਂ, ਅਸੀਂ ਜਾਣਾ ਜੀ ਗੁਠਾਲੇ, ਪਹਿਲਾਂ ਮੇਰੀ ਨਣਦ ਕੋਲ ਜਾਵਾਂਗੇ, ਅਤੇ ਅੱਧਾ ਪਰਿਵਾਰ ਸਾਡਾ ਬਾਅਦ 'ਚੋਂ ਆਊਗਾ, ਕਿਉਂਕਿ
ਦੀਦੀ ਉਰੀ ਬਾਅਦ 'ਚੋਂ ਆਉਣਗੇ, ਵੱਡੀ ਨਣਦ ਵੀ ਬਾਅਦ 'ਚੋਂ ਆਊਗੀ, ਉਹਨਾਂ ਨੇ ਧਾਰਾਂ ਚੋ ਕੇ ਫਿਰ ਆਉਣਗੇ। ਹੁਣ ਜਿਹੜਾ ਹੈਗਾ ਅਸੀਂ ਨਾਨਕੇ ਮੇਲ ਦੇ ਨਾਲ ਰਲਣਾ ਆ। ਕਹਿੰਦੇ ਚਲੋ ਵੀ ਜਿੰਨਿਆਂ ਕੁ ਤੋਂ ਆਇਆ ਜਾਂਦਾ ਉਨੇ ਕੁ ਤਾਂ ਆਓ, ਮੈਂ ਮੰਮੀ ਨਾਲ ਛੋਟੀ ਨਣਦ ਅਤੇ ਉਹਦਾ ਮੁੰਡਾ ਜਾਊਗਾ, ਅਸੀਂ ਸਾਰੇ ਜਾਣੇ ਚੱਲਦੇ ਹਾਂ ਨਾਲ ਨਾਨਕੇ ਮੇਲ ਦੇ ਨਾਲ ਰਲ ਜਾਂਗੇ। ਪਹਿਲਾਂ 2 ਵਜਦੇ ਨੂੰ ਕਹਿੰਦੇ ਅਤੇ ਫਿਰ 3 ਵਜਦੇ ਨੂੰ, ਅਸੀਂ ਤਾਂ ਗਠਾਲੇ ਚੱਲਿਆ ਕਿਉਂਕਿ ਉੱਥੋਂ ਫਿਰ ਥੋੜ੍ਹੀ ਹੀ ਵਾਟ ਹੈ, ਜਦੋਂ ਕਹਿਣਗੇ ਤੁਰ ਪਾਂਗੇ, ਅਸੀਂ ਪਹਿਲਾਂ ਉਹਨਾਂ ਕੋਲ ਵਗ ਜਾਂਗੇ ਜੀ। ਵਧੀਆ ਤਾਂ ਦੱਸ ਤਾ। ਹੁਣ ਆਪਾਂ ਪਹੁੰਚ ਗਏ ਜੀ ਗਠਾਲੇ ਹਰਸ ਦੀ ਭੂਆ ਜੀ ਕੋਲ, ਉਹਨਾਂ ਨੂੰ ਸਾਡੇ ਦੋਤੇ ਕਰਨ ਅਤੇ ਮੇਰੇ ਨਣਦ ਅਤੇ ਕਰਨ ਨਾਲ ਹੀ ਜਾਣਗੇ, ਉਹਨਾਂ ਨੂੰ ਨਾਲ ਹੀ ਲੈ ਕੇ ਜਾਵਾਂਗੇ। ਦੇਖੋ ਗੁਰਦੁਆਰਾ ਸਾਹਿਬ ਹੀ ਆਉਂਦਾ ਪਿੰਡ ਵੱਲ, ਪਿੰਡ ਇਹ ਵੀ ਖਾਸਾ ਵੱਡਾ ਹੈ ਨਾ। ਉਹ ਫਿਰਦਾ ਜੈਕਟ ਪਾਈ, ਆਪਣੀ ਜੈਕਟ ਉਹਨੂੰ ਕਿੱਥੇ ਪਸੰਦ ਆਉਂਦੀ ਹੈ। ਲਓ ਜੀ ਅਸੀਂ ਪਹੁੰਚ ਗਏ ਸੀਗੇ ਮੇਰੀ ਨਣਦ ਕੋਲ, ਇੱਥੇ ਮੈਂ ਨੇਲ ਪੇਂਟ ਲਾ ਰਹੀ ਸੀ ਅਤੇ ਹੁਣ ਫੋਨ ਕਰਿਆ ਸੀਗਾ, 4 ਵੱਜ ਗਏ ਹੁਣ, ਕਹਿੰਦੇ ਬਸ ਤੁਰਦੇ ਹਾਂ, ਜਦੋਂ ਆਉਣਗੇ ਚਲੋ ਅਸੀਂ ਮੂਹਰੇ ਵਗ ਜਾਂਗੇ ਮਨਾਲ। ਅਤੇ ਹੁਣ ਇੱਥੇ ਕਰਨ ਦੀ ਫੜੀ ਹੋਈ ਤੀ ਨੇਲ ਪੇਂਟ, ਆਪਾਂ ਨੇਲ ਪੇਂਟ ਲਾ ਲੈਂਦੇ ਉਨਾ ਟਾਈਮ। ਲਓ ਜੀ ਹੁਣ ਆਪਾਂ ਤੁਰ ਪਏ ਸੀਗੇ, ਟਾਈਮ ਜਿਹੜਾ 5 ਵੱਜ ਗਏ ਸੀਗੇ। ਅਤੇ ਚਲੋ ਜਿਹੜਾ ਇਕੱਠੇ ਹੁੰਦਿਆਂ ਨੂੰ ਹੈ ਨਾ, ਸਾਰਿਆਂ ਨੂੰ ਟਾਈਮ ਲੱਗ ਹੀ ਜਾਂਦਾ ਜਦੋਂ ਨਾਨਕੇ ਮੇਲ 'ਚ ਸਾਰੇ ਭੈਣ ਭਾਈਆਂ ਨੂੰ ਨਾਲ ਲੈ ਕੇ ਜਾਣਾ ਹੁੰਦਾ, ਮੱਲੋ ਮੱਲੀ ਟਾਈਮ ਲੱਗ ਜਾਂਦਾ। ਅਤੇ ਹੁਣ ਟਾਈਮ ਜਿਹੜਾ 5 ਵੱਜ ਗਏ ਸੀਗੇ, ਅਸੀਂ ਚੱਲਦੇ ਹਾਂ ਮਨਾਲ ਨੂੰ, ਉੱਧਰੋਂ ਉਹ ਵੀ ਚੱਲ ਤੁਰੇ ਹੋਏ ਆ। ਇੱਥੇ ਕਰਨ ਦੀ ਕੱਢੀ ਹੋਈ ਤੀ ਪੂਰੀ ਟੌਰ ਜੀ, ਬਸ ਆਪਾਂ ਮਨਾਲ ਜਾ ਕੇ ਦੇਖਦੇ ਹਾਂ ਫਿਰ। ਲਓ ਜੀ ਇੱਥੇ ਸਾਡੇ ਮਾਮਾ ਜੀ ਦਾ ਪਰਿਵਾਰ ਸਾਰਾ ਪਹੁੰਚ ਗਿਆ, ਅਸੀਂ ਇੱਥੇ ਰੁਕੇ ਹੋਏ ਸੀਗੇ, ਬਾਕੀ ਹਜੇ ਰਿਸ਼ਤੇਦਾਰ ਆ ਰਹੇ ਨੇ। ਆ ਦੇਖੋ ਪਿੱਛੇ ਗੱਡੀਆਂ ਖੜੀਆਂ ਨੇ, ਅੱਧੇ ਰਿਸ਼ਤੇਦਾਰ ਆਪਣੇ ਪਿੱਛੇ ਆ ਰਹੇ ਨੇ, ਉਹਨਾਂ ਨੂੰ ਉਡੀਕ ਰਹੇ ਤੇ ਆ ਸਿੱਧਾ ਦੂਜੀ ਮਹਿਲਾ ਆ ਜਾਂਦੇ ਜਿੱਥੇ ਆਪਾਂ ਉਹਦੀ ਦਵਾਈ ਲੈਣ ਆਉਂਦੇ ਹੁੰਦੇ ਨਾ ਭੂਆ ਦੀ। ਪਹੁੰਚ ਗਏ ਜੀ ਆਪਾਂ ਮਹਿਲ ਖੁਰਦ ਆ ਗਈ।
ਹਾਂ ਜੀ, ਕਰਤਾ ਸ਼ੁਰੂ। ਲਓ ਜੀ, ਫਾਈਨਲੀ ਆਪਾਂ ਪਹੁੰਚ ਗਏ ਹਾਂ ਵਿਆਹ ਵਾਲੇ ਪਿੰਡ। ਨਾਨਕਾ ਮੇਲ ਖੜ੍ਹਾ, ਉੱਧਰ ਦਾਦਕਾ ਮੇਲ ਖੜ੍ਹਾ ਸਾਰਾ ਜਿਹੜਾ ਹੈਗਾ। ਦੇਖੋ ਸੜਕ ਤੋਂ ਜਿੱਦਾਂ ਭੈਣ ਉਹਰੀ ਲੈਣ ਆਇਆ, ਸਾਰਿਆਂ ਨੂੰ ਨਾਨਕੇ ਮੇਲ ਦਾ ਸਵਾਗਤ ਕੀਤਾ ਜਾਂਦਾ ਹੈ ਨਾ। ਇੱਧਰ ਭੈਣ ਸਾਰਿਆਂ ਨੂੰ ਮਿਲ ਰਹੀ ਹੈ, ਭੈਣ ਦੀ ਬੇਟੀ, ਭੈਣ ਦਾ ਬੇਟਾ ਜਿਹਦਾ ਵਿਆਹ ਹੈ ਜੀ, ਉਹ ਆਇਆ ਆਸਟ੍ਰੇਲੀਆ ਤੋਂ ਅਤੇ ਹੁਣ ਉਹਦਾ ਵਿਆਹ ਹੈ। ਭੈਣ ਦੀ ਵੱਡੀ ਬੇਟੀ ਵਿਆਹੀ ਹੋਈ ਹੈ, ਬਹੁਤ ਵਧੀਆ ਪਰਿਵਾਰ ਹੈ। ਚਲੋ ਪਰਮਾਤਮਾ ਇਹ ਜਿਹੇ ਦਿਨ ਸਭ 'ਤੇ ਲਿਆਵੇ, ਹੈ ਨਾ ਜੀ। ਚਲੋ ਜੀ, ਹੁਣ ਸਾਰਾ ਨਾਨਕਾ ਮੇਲ ਨੱਚਦਾ ਜਾ ਰਿਹਾ ਤੀ ਘਰ ਨੂੰ। ਘਰ ਜਾਵਾਂਗੇ ਕਿਉਂਕਿ ਬਾਹਰ ਫਿਰਨੀ ਤੇ, ਹੈ ਨਾ, ਜਿਵੇਂ ਸਾਰੇ ਪਿੰਡਾਂ ਦੇ ਵਿੱਚ ਰਿਵਾਜ਼ ਹੈ ਨਾਨਕੇ ਮੇਲ ਨੂੰ ਉਤਾਰਿਆ ਜਾਂਦਾ। ਆਪਾਂ ਪਹਿਲਾਂ ਹੀ ਥੋੜ੍ਹੇ ਜਿਹੇ ਲੇਟ ਹੋ ਗਏ ਸੀਗੇ, ਹਜੇ ਬਹੁਤ ਜ਼ਿਆਦਾ ਵਿਹਾਰ ਕਰਨੇ ਆ, ਫਿਰ ਜਿਹੜਾ ਹੈਗਾ ਘਰ ਵੀ ਮੁੜਨਾ ਜੀ, ਫਿਰ ਜ਼ਿਆਦਾ ਹਨੇਰਾ ਹੋ ਜਾਂਦਾ ਆ। ਲਓ ਜੀ, ਪਹੁੰਚ ਗਏ ਆਪਾਂ ਭੈਣ ਕੇ ਘਰ। ਜਿੱਦਾਂ ਕਿ ਸਾਰਿਆਂ ਨੂੰ ਪਹਿਲਾਂ ਸ਼ਗੁਨ ਦੇ ਕੇ, ਹੈ ਨਾ, ਮੂੰਹ ਮਿੱਠਾ ਕਰਾ ਕੇ ਫਿਰ ਜਿਹੜਾ ਹੈਗਾ ਅੰਦਰ ਲੰਘਾਇਆ ਜਾਂਦਾ। ਇੱਥੇ ਸਾਡੇ ਮਾਮਾ ਜੀ ਅਤੇ ਮਾਮੀ ਜੀ ਨੂੰ ਪਹਿਲਾਂ, ਹੈ ਨਾ, ਸ਼ਗੁਨ ਦਿੱਤਾ ਗਿਆ, ਫਿਰ ਬਾਕੀ ਹੌਲੀ ਹੌਲੀ ਸਾਰੇ ਨਾਨਕੇ ਮੇਲ ਨੂੰ ਦਿੱਤਾ ਜਾਊਗਾ ਜੀ। ਖੜੇ ਜੀ, ਘੁੰਮ ਕੇ ਮਾੜਾ ਜਿਹਾ ਇੱਧਰ ਦੇਖਿਓ, ਦੇਖਿਓ ਇੱਧਰ ਦੇਖਿਓ, ਹੁਣ ਤਾਂ ਬਾੜ ਤੇ ਹੈਗੀ ਨਾਨਕੇ ਅੰਦਰ। ਮੈਂ ਵੀ ਲੰਘ ਜਾਓ, ਵੀ ਲੰਘ ਜਾਓ, ਹੋਇਆ ਬੱਚੇ ਨਾਲ ਹੋਇਆ ਨਾਲ ਨੂੰ ਹੋ ਜਾਓ, ਹੋ ਜਾਓ, ਹੋ ਜਾਓ, ਇੱਧਰ ਦੇਖਿਓ, ਜਦੋਂ ਤੁਹਾਡਾ ਤੁਸੀਂ ਇੱਧਰ ਨੂੰ ਤੁਹਾਡਾ ਫੇਸ ਅੱਧਾ ਆ ਰਿਹਾ। ਥੋੜਾ ਇੱਧਰ ਬਸ ਬਸ ਅੱਗੇ ਨੀ ਸਾਹਮਣੇ
ਨਹੀਂ ਬਾਟਣੇ ਤੇ ਦਿੰਦੇ ਹੁੰਦੇ ਨੇ, ਆਪਾਂ ਨੂੰ ਪਹਿਲਾਂ ਹੀ ਦੇਤੇ ਹਨ। ਕਰਨ ਕਿਵੇਂ ਲੱਗਿਆ ਵਿਆ? ਕਰਨ ਕਿਵੇਂ ਲੱਗਿਆ ਵਿਆ? ਹੈ ਵਧੀਆ ਨਹੀਂ? ਬਹੁਤ ਵਧੀਆ। ਲਓ ਜੀ, ਆਪਾਂ ਨੇ ਚਾਹ ਪਾਣੀ ਪੀ ਲਿਆ ਸੀਗਾ, ਅਸੀਂ ਅੰਦਰੋਂ ਦੇਖਣ ਲੱਗ ਗਏ ਭੈਣ ਦਾ ਘਰ, ਨਵਾਂ ਘਰ ਬਣਾਇਆ ਭੈਣ ਨੇ ਬਹੁਤ ਸੋਹਣਾ। ਅਤੇ ਇੱਧਰ ਸਾਰਾ ਜਿਹੜਾ ਹੈਗਾ ਰੂਮ ਵਗੈਰਾ, ਹੈ ਨਾ, ਜੋ ਵੀ ਤਿਆਰ ਕਰਵਾਇਆ ਅਸੀਂ ਅੰਦਰ ਦੇਖਦੇ ਸੀਗੇ, ਨਾਲੇ ਪਕੌੜੇ ਹਾਜ਼ਮ ਕਰਦੇ ਹਾਂ। ਲਓ ਜੀ, ਹੁਣ ਬਟਨੇ ਦੀ ਤਿਆਰੀ ਹੋ ਰਹੀ ਹੈ, ਫਿਰ ਆਪਾਂ ਬਟਨਾ ਲਾਵਾਂਗੇ। ਤੁਹਾਡੀ ਮਗ ਲੋ ਲਓ ਜੀ, ਹੁਣ ਆਪਾਂ ਇੱਥੇ ਲਾਉਣ ਲੱਗ ਗਏ ਬਟਨਾ। ਭੈਣ ਕੇ ਬਹੁਤ ਜ਼ਿਆਦਾ ਇਕੱਠ ਸੀਗਾ, ਜਿਹੜਾ ਹੈਗਾ ਰਿਸ਼ਤੇਦਾਰਾਂ ਦਾ ਵੀ, ਹੈ ਨਾ, ਉਹਨਾਂ ਦੇ ਆਸ ਗੁਆਂਢ ਦਾ ਵੀ ਬਹੁਤ ਜ਼ਿਆਦਾ ਇਕੱਠ ਸੀਗਾ। ਅਤੇ ਦੂਜੇ ਭੈਣ ਉਰੀ ਵੀ ਪਹੁੰਚ ਗਏ, ਮੇਰੀ ਨਣਦ ਉਰੀ। ਲਓ ਜੀ, ਸਾਡਾ ਪਰਿਵਾਰ ਬਟਨਾ ਲਾ ਰਿਹਾ। ਇਹ ਮੇਰੇ ਦੋਨੇ ਨਣਦਾਂ ਮੰਮੀ, ਸਾਰੇ ਜਾਣਦੇ ਹੀ ਹੁਣ, ਅਤੇ ਇਹ ਦੀਦੀ ਵੱਡੇ। ਹੁਣ ਇੱਥੇ ਅਸੀਂ ਵੀ ਲਾ ਦਾਂਗੇ ਬਟਨਾ। ਪਹਿਲਾਂ ਹੀ ਜਿਹੜਾ ਹੈਗਾ ਗਗਨ ਨੂੰ ਪੂਰਾ ਲੇਪੂ ਤੇਪੂ ਕਰਿਆ ਪਿਆ ਸੀਗਾ, ਆਪਾਂ ਵੀ ਹੋਰ ਲਾ ਤਾ ਉੱਪਰ, ਅਤੇ ਫਿਰ ਆਪਾਂ ਜਾਗੋ ਦੀ ਤਿਆਰੀ ਵੀ ਕਰਾਂਗੇ, ਕਿਉਂਕਿ ਨਾਲ ਦੀ ਨਾਲ ਪਿੱਛੇ ਜਾਗੋ ਦੀ ਤਿਆਰੀ ਕਰ ਲੈਣੀ ਹੈ ਜੀ। ਇੱਥੇ ਸਾਡਾ ਸਾਰਾ ਪੂਰਾ ਪਰਿਵਾਰ ਫੋਟੋ ਕਰਵਾ ਰਿਹਾ। ਲਓ ਜੀ, ਹੁਣ ਆਪਾਂ ਕਿਤੇ ਬਾਹਰ ਕੁਛ ਖਾਣ ਪੀਣ, ਇੱਥੇ ਗੋਲ ਗੱਪੇ ਖਾਂਦੇ ਹਾਂ, ਚਲੋ ਨਾਲੇ ਟਿੱਕੀ ਵਗੈਰਾ, ਜਿਹਨੇ ਕੁਛ ਖਾਣਾ ਉਹ ਖਾ ਲਾਂਗੇ। ਮੈਂ ਇੱਥੇ ਕਹਿੰਦੀ ਸੀ ਕਿ ਬੜੇ ਬੜੇ ਗੋਲ ਗੱਪੇ ਸੀਗੇ। ਲਓ ਜੀ, ਜਾਗੋ ਵਾਲੀ ਵੀਡੀਓ ਆਪਾਂ ਅਗਲੇ ਵਲੋਗ 'ਚ ਦੇਵਾਂਗੇ, ਜ਼ਰੂਰ ਦੇਖਿਓ। ਸਾਡੀ ਵੀਡੀਓ ਨੂੰ ਲਾਈਕ, ਕਮੈਂਟ, ਸ਼ੇਅਰ ਵੀ ਜ਼ਰੂਰ ਕਰਿਓ ਜੀ, ਜੇਕਰ ਤੁਹਾਨੂੰ ਵਧੀਆ ਲੱਗੀ ਹੈ ਤਾਂ।